ਕੱਢੋ ਯਾਰ ਕੱਢੋ ਗੋਡੇ ਤੇ ਫੜ ਲਓ ਮੰਗੇ ਆ ਜਾਓ ਆ ਲੈ ਬਸ਼ਾ ਚੱਲ ਮਦਦ ਹੋ ਸਕੇ ਹਾਂਜੀ ਉਹ ਹੀ ਆ ਪੜਦੀਆਂ ਕੱਲੀਆਂ ਕੁੜੀਆਂ ਨੇ ਘਰ ਇਹਨਾਂ ਦਾ ਇਦਾਂ ਦਾ ਦੇਖੋ ਪਹਿਲਾਂ ਵੀ ਘਰ ਵੀ ਅਸੀਂ ਇਕੱਠੇ ਕਰਕੇ ਚੰਦਾ ਕਰਕੇ ਪਵਾਇਆ ਗਿਰ ਗਿਆ ਸੀ ਘਰ ਇੱਕ ਮੰਦਬੁੱਧੀ ਮਾਪਿਆਂ ਦੇ ਵੱਲੋਂ ਆਪਣੇ ਪੁੱਤ ਦੀ ਮ੍ਰਿਤਕ ਦੇਹ ਨੂੰ ਆਪਣੇ ਹੀ ਘਰ ਦੇ ਵਿਹੜੇ 'ਚ ਦਫਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਮਾਂ ਅਤੇ ਪਿਓ ਦੋਨੋਂ ਹੀ ਮੰਦਬੁੱਧੀ ਨੇ ਅਤੇ ਇਹਨਾਂ ਦਾ ਪੁੱਤ ਜਿਸ ਦੀ ਮੌਤ ਹੋਈ ਉਹ ਵੀ ਕੋਈ ਸੁੱਧ ਬੁੱਧ ਨਹੀਂ ਰੱਖਦਾ ਸੀ ਅਚਾਨਕ ਪੁੱਤ ਦੀ ਮੌਤ ਤੋਂ ਬਾਅਦ ਮਾਪਿਆਂ ਦੇ ਵੱਲੋਂ ਪੁੱਤ ਦਾ ਅੰਤਮ ਸੰਸਕਾਰ ਕਰਨ ਦੀ ਥਾਂ ਆਪਣੇ ਘਰ ਦੇ ਵਿਹੜੇ 'ਚ ਹੀ ਉਸ ਦੀ ਲਾਸ਼ ਨੂੰ ਦਫਨ ਕਰ ਦਿੱਤਾ ਇਸਦਾ ਖੁਲਾਸਾ ਉਦੋਂ ਹੋਇਆ ਜਦੋਂ ਇਲਾਕਾ ਵਾਸੀਆਂ ਨੂੰ ਬਦਬੂ ਆਉਣੀ ਸ਼ੁਰੂ ਹੋਈ ਇਲਾਕਾ ਵਾਸੀਆਂ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਸ ਘਰ ਦੇ ਵਿੱਚ ਲਾਸ਼ ਦੱਬੀ ਹੋਈ ਹੈ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਇਹਨਾਂ ਮਾਪਿਆਂ ਦੇ ਵੱਲੋਂ ਆਪਣੇ ਮੰਦਬੁੱਧੀ ਪੁੱਤ ਦੀ ਮੌਤ ਤੋਂ ਬਾਅਦ ਸੰਸਕਾਰ ਦੇ ਪੈਸੇ ਨਾ ਹੋਣ ਦੇ ਚੱਲਦਿਆਂ ਆਪਣੇ ਘਰ ਦੇ ਵਿਹੜੇ 'ਚ ਹੀ ਪੁੱਤ ਦੀ ਲਾਸ਼ ਨੂੰ ਦਫਨ ਕਰ ਦਿੱਤਾ ਹੈ ਇਹ ਪਤੀ ਪਤਨੀ ਲੰਮੇ ਸਮੇਂ ਤੋਂ ਮੰਦਬੁੱਧੀ ਨੇ ਅਤੇ ਇਹਨਾਂ ਦਾ ਇੱਕ ਪੁੱਤ ਉਹ ਵੀ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਜਦਕਿ ਇਹਨਾਂ ਦੀਆਂ ਦੋ ਬੇਟੀਆਂ ਵੀ ਨੇ ਜੋ ਸਹੀ ਸਲਾਮਤ ਨੇ ਮਾਪਿਆਂ ਦੇ ਵੱਲੋਂ ਸੰਸਕਾਰ ਦੇ ਪੈਸੇ ਨਾ ਹੋਣ ਦੇ ਚੱਲਦਿਆਂ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਆਪਣੇ ਹੀ ਘਰ ਦੇ ਵਿਹੜੇ 'ਚ ਦਫਨਾ ਦਿੱਤਾ ਗਿਆ ਬਦਬੂ ਆਉਣ ਤੋਂ ਬਾਅਦ ਇਲਾਕਾ ਵਾਸੀਆਂ ਦੇ ਵੱਲੋਂ ਮਿੱਟੀ ਪੁੱਟ ਕੇ ਲਾਸ਼ ਨੂੰ ਕੱਢਿਆ ਗਿਆ ਅਤੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਇਹ ਮਾਮਲਾ ਪਟਿਆਲਾ ਦੇ ਜੈ ਜਵਾਨ ਕਲੋਨੀ ਤੋਂ ਸਾਹਮਣੇ ਆਇਆ ਜਿੱਥੋਂ ਦਾ ਇਹ ਪਰਿਵਾਰ ਹੈ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਪਰਿਵਾਰ ਹੈ ਕਿਉਂਕਿ ਮਾਂ ਅਤੇ ਪਿਓ ਦੋਨੋਂ ਹੀ ਮੰਦਬੁੱਧੀ ਨੇ ਤਾਂ ਇੱਕ ਪੁੱਤ ਸੀ ਜੋ ਕਮਾਈ ਦਾ ਸਾਧਨ ਕਿਹਾ ਜਾ ਸਕਦਾ ਸੀ ਪਰ ਉਹ ਵੀ ਕੁਦਰਤੀ ਮੰਦਬੁੱਧੀ ਨਿਕਲਿਆ ਅਤੇ ਉਸਦੀ ਮੌਤ ਤੋਂ ਬਾਅਦ ਮਾਪਿਆਂ ਦੇ ਵੱਲੋਂ ਉਸਦੀ ਲਾਸ਼ ਨੂੰ ਆਪਣੇ ਹੀ ਘਰ ਦੇ ਵਿਹੜੇ 'ਚ ਦਫਨਾ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਕੱਢੋ ਯਾਰ ਕੱਢੋ ਗੋਡੇ ਤੇ ਫੜ ਲਓ ਮੰਗੇ ਆ ਜਾਓ ਆ ਲੈ ਬਸ਼ਾ ਚੱਲ ਮਦਦ ਹੋ ਸਕੇ ਹਾਂਜੀ ਉਹ ਹੀ ਕੁੜੀਆਂ ਪੜਦੀਆਂ ਕੱਲੀਆਂ ਕੁੜੀਆਂ ਨੇ ਘਰ ਇਹਨਾਂ ਦਾ ਇਦਾਂ ਦਾ ਦੇਖੋ ਪਹਿਲਾਂ ਵੀ ਘਰ ਵੀ ਅਸੀਂ ਇਕੱਠੇ ਕਰਕੇ ਚੰਦਾ ਕਰਕੇ ਪਵਾਇਆ ਗਿਰ ਗਿਆ ਸੀ ਘਰ ਇੱਕ ਮੰਦਬੁੱਧੀ ਮਾਪਿਆਂ ਦੇ ਵੱਲੋਂ ਆਪਣੇ ਪੁੱਤ ਦੀ ਮ੍ਰਿਤਕ ਦੇਹ ਨੂੰ ਆਪਣੇ ਹੀ ਘਰ ਦੇ ਵਿਹੜੇ 'ਚ ਦਫਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਮਾਂ ਅਤੇ ਪਿਓ ਦੋਨੋਂ ਹੀ ਮੰਦਬੁੱਧੀ ਨੇ ਅਤੇ ਇਹਨਾਂ ਦਾ ਪੁੱਤ ਜਿਸ ਦੀ ਮੌਤ ਹੋਈ ਉਹ ਵੀ ਕੋਈ ਸੁੱਧ ਬੁੱਧ ਨਹੀਂ ਰੱਖਦਾ ਸੀ ਅਚਾਨਕ ਪੁੱਤ ਦੀ ਮੌਤ ਤੋਂ ਬਾਅਦ ਮਾਪਿਆਂ ਦੇ ਵੱਲੋਂ ਪੁੱਤ ਦਾ ਅੰਤਮ ਸੰਸਕਾਰ ਕਰਨ ਦੀ ਥਾਂ ਆਪਣੇ ਘਰ ਦੇ ਵਿਹੜੇ 'ਚ ਹੀ ਉਸਦੀ ਲਾਸ਼ ਨੂੰ ਦਫਨ ਕਰ ਦਿੱਤਾ ਇਸਦਾ ਖੁਲਾਸਾ ਉਦੋਂ ਹੋਇਆ ਜਦੋਂ ਇਲਾਕਾ ਵਾਸੀਆਂ ਨੂੰ ਬਦਬੂ ਆਉਣੀ ਸ਼ੁਰੂ ਹੋਈ ਇਲਾਕਾ ਵਾਸੀਆਂ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਸ ਘਰ ਦੇ ਵਿੱਚ ਲਾਸ਼ ਦੱਬੀ ਹੋਈ ਹੈ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਇਹਨਾਂ ਮਾਪਿਆਂ ਦੇ ਵੱਲੋਂ ਆਪਣੇ ਮੰਦਬੁੱਧੀ ਪੁੱਤ ਦੀ ਮੌਤ ਤੋਂ ਬਾਅਦ ਸੰਸਕਾਰ ਦੇ ਪੈਸੇ ਨਾ ਹੋਣ ਦੇ ਚੱਲਦਿਆਂ ਆਪਣੇ ਘਰ ਦੇ ਵਿਹੜੇ 'ਚ ਹੀ ਪੁੱਤ ਦੀ ਲਾਸ਼ ਨੂੰ ਦਫਨ ਕਰ ਦਿੱਤਾ ਹੈ ਇਹ ਪਤੀ ਪਤਨੀ ਲੰਮੇ ਸਮੇਂ ਤੋਂ ਮੰਦਬੁੱਧੀ ਨੇ ਅਤੇ ਇਹਨਾਂ ਦਾ ਇੱਕ ਪੁੱਤ ਉਹ ਵੀ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਜਦਕਿ ਇਹਨਾਂ ਦੀਆਂ ਦੋ ਬੇਟੀਆਂ ਵੀ ਨੇ ਜੋ ਸਹੀ ਸਲਾਮਤ ਨੇ ਮਾਪਿਆਂ ਦੇ ਵੱਲੋਂ ਸੰਸਕਾਰ ਦੇ ਪੈਸੇ ਨਾ ਹੋਣ ਦੇ ਚੱਲਦਿਆਂ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਆਪਣੇ ਹੀ ਘਰ ਦੇ ਵਿਹੜੇ 'ਚ ਦਫਨਾ ਦਿੱਤਾ ਗਿਆ ਬਦਬੂ ਆਉਣ ਤੋਂ ਬਾਅਦ ਇਲਾਕਾ ਵਾਸੀਆਂ ਦੇ ਵੱਲੋਂ ਮਿੱਟੀ ਪੁੱਟ ਕੇ ਲਾਸ਼ ਨੂੰ ਕੱਢਿਆ ਗਿਆ ਅਤੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਇਹ ਮਾਮਲਾ ਪਟਿਆਲਾ ਦੇ ਜੈ ਜਵਾਨ ਕਲੋਨੀ ਤੋਂ ਸਾਹਮਣੇ ਆਇਆ ਜਿੱਥੋਂ ਦਾ ਇਹ ਪਰਿਵਾਰ ਹੈ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਪਰਿਵਾਰ ਹੈ ਕਿਉਂਕਿ ਮਾਂ ਅਤੇ ਪਿਓ ਦੋਨੋਂ ਹੀ ਮੰਦਬੁੱਧੀ ਨੇ ਤਾਂ ਇੱਕ ਪੁੱਤ ਸੀ ਜੋ ਕਮਾਈ ਦਾ ਸਾਧਨ ਕਿਹਾ ਜਾ ਸਕਦਾ ਸੀ ਪਰ ਉਹ ਵੀ ਕੁਦਰਤੀ ਮੰਦਬੁੱਧੀ ਨਿਕਲਿਆ ਅਤੇ ਉਸਦੀ ਮੌਤ ਤੋਂ ਬਾਅਦ ਮਾਪਿਆਂ ਦੇ ਵੱਲੋਂ ਉਸਦੀ ਲਾਸ਼ ਨੂੰ ਆਪਣੇ ਹੀ ਘਰ ਦੇ ਵਿਹੜੇ 'ਚ ਦਫਨਾ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ